इस शाने करम का क्या कहना दर पे जो सवाल ही आते हैं, एक तेरी करीमी का सदका हम मन की मुरादे पाते हैं। तुसी देख रहे हो पीबी वर्ल्ड मीडिया ते मैं प्रदीप बैंस थानू अज तस्वीर दिखा रहा गढ़शंकर दे विच बहुत ही प्राचीन जगह रामा मंदिर, जिस रामा मंदिर नूं पूजिया भी जाता है। खास तौर दे उत्ते जे गल करिए पीरो मुरशद दी, हज़रत पीर बाबा शाह बौदला जी ते नाल रामा मंदिर दे नाल नाल मशहूर ये पवित्र स्थान जिहड़ा इत्थे रासलीला भी पैंदी है, इत्थे वीरवार नूं मेले भी लगते ने ते संगत दीआं तमाम दुआवां जिहड़ियां ने कबूल हुंदियां ने। गढ़शंकर विच बहुत ही प्राचीन जगह है और जिसनूं हर एक शख्स जिहड़ा पूजदा है माणदा है ते इस दे इतिहास बारे कुछ खास झातीए पावांगे जिन्हां के इतिहास इत्थे दे बैठण वाले नूं पता है, इत्थे दे सांभण वाले नूं पता है। सो पीर बाबा बौदला शाह जी जिन्हां दी इह पाक मुकद्दस जिहड़ी दरगाह है जिसका जिहड़ा खास तौर ते कनैक्शन जिहड़ा चौड़े वाली सरकार दे नाल जोड़िया जांदा है। सो बहुत सारियां तवारीकां इहनां दे बारे मशहूर ने, अज्ज गल्लबात करांगे, सानूं पीबी वर्ल्ड मीडिया ते दिखावांगे कि रामा मंदिर ते पीर बाबा बौदला शाह जी दी जिहड़ी आ दरगाह उसका इतिहास की है। ਦੁਆਰਾ ਹੈਗਾ ਜੀ, ਇਹ ਅਸਲੀ ਮਸਜਿਦ ਆਇਆ ਜਿਹੜੀ ਬਾਬਿਆਂ ਦੀ ਅਸਲੀ ਜਗ੍ਹਾ ਹੈਗੀ ਆਇਆ। ਇਹ ਤੋਂ ਬਾਅਦ ਰੋਜ਼ਾ ਬਣਦਾ ਜਿਸਲੇ ਉਹ 90-80 ਸਾਲ ਦੇ ਹੋ ਜਾਂਦੇ ਆ, ਬਿਮਾਰ ਹੁੰਦੇ ਉਸ ਵੇਲੇ ਰੋਜ਼ਾ ਬਣਨਾ ਚਾਲੂ ਹੋ ਜਾਂਦਾ। ਔਰ ਇਹਨਾਂ ਦੇ ਬਾਬਿਆਂ ਦੇ ਦੁਆਰ ਦੇ ਵਿੱਚ ਸ਼ੇਰ ਔਰ ਬੱਕਰੀ ਇਕੱਠੇ ਪਾਣੀ ਪੀਂਦੇ। ਕੋਈ ਇਤਿਹਾਸ ਹੈ ਇਸ ਤਵਾਰੀ, ਕੋਈ ਇਤਿਹਾਸ ਦਾ ਕੋਈ ਹੈ ਕਿ ਬੱਕਰੀ ਦੇ ਸ਼ੇਰ ਇਕੱਠੇ ਸੀਗੇ? ਉਹ ਤਾਂ ਜੀ ਬਹੁਤ ਪੁਰਾਣੀ ਗੱਲ ਆ ਜੀ, ਮੈਨੂੰ ਮੈਂ ਤਾਂ ਕਿਤੇ 12 ਦੀ ਗੱਲ ਵਾ, 1812 ਦੀ ਗੱਲ ਵਾ, ਅੱਜ ਦੀ ਥੋੜ੍ਹਾ ਜੀ ਬਹੁਤ ਪੁਰਾਣੀ ਹੈ। ਉਹਨਾਂ ਦੇ ਵਿੱਚ ਬਾਬੇ ਆਏ ਆ ਜੀ, ਇੱਥੇ 80-12 ਸਾਲ ਮਸਜਿਦ ਦੇ ਵਿੱਚ ਰਹੇ ਆ, ਜਿਹਦੇ ਬਿਮਾਰ ਹੋ ਗਏ ਸਮਾਨ ਲੱਗੇ, ਫਿਰ ਇਹ ਰੋਜ਼ਾ ਬਣਿਆ। ਰੋਜ਼ੇ ਤੋਂ ਬਾਅਦ ਇਹਦੇ ਨਾਂ 'ਤੇ 12 ਕਿੱਲੇ ਜ਼ਮੀਨ ਦੇ ਵਿੱਚ ਹੈਗੇ, ਆਲੇ ਦੁਆਲੇ ਜਿੰਨੀ ਜਗ੍ਹਾ ਸਾਰੀ ਇਹ ਬੱਕਾ ਬੋਰਡ ਦੀ ਆ, ਕਿਰਾਏ 'ਤੇ ਆ ਜੀ। ਉਹ ਤੋਂ ਬਾਅਦ ਸਮਾ ਗਏ ਆ ਅਤੇ ਇੱਥੇ ਸ਼ੇਰ ਔਰ ਬੱਕਰੀ ਪਾਣੀ ਇਕੱਠੇ ਪੀਂਦੇ ਤੇ ਫਿਰ ਇਹ ਚੌੜੇ ਗਏ ਉੱਥੇ, ਕੰਧ ਤੁਰ ਪਈ ਜੀ, ਉੱਥੇ ਦੇ ਸੰਤ ਸੀਗੇ ਉਹ ਵੀ ਦੇਖ ਸਕਦੇ ਤੁਸੀਂ ਜਾ ਕੇ, ਉੱਥੇ ਕੰਧ ਹੈਗੀ ਹਰੇ 2 ਫੁੱਟ ਜੀ। ਬਾਕੀ ਆਪ ਹੁਣ ਤੁਹਾਡੇ ਸਾਹਮਣੇ ਹੈ ਜੋ ਕੁਛ ਬਣਿਆ ਦਾ, ਇੱਥੇ ਦੇਖ ਰਹੇ ਹਾਂ ਤੁਸੀਂ ਸਭ ਕੁਛ। ਮਾਂ ਮੰਦਿਰ ਦਾ ਜੀ ਇੱਥੇ ਪ੍ਰਧਾਨ ਸੀਗਾ ਬਾਬੂ ਰੋਸ਼ਨ ਲਾਲ, ਉਹਨਾਂ ਨੇ ਇੱਥੇ ਕੀਰਤਨ ਕਰਾਉਣਾ ਚਾਲੂ ਕਰ ਦਿੱਤਾ, ਉਹਨਾਂ ਨੇ ਇੱਥੇ ਰਾਮਾ ਮੰਦਿਰ ਉਹਦਾ ਨਾਂ ਰੱਖ ਦਿੱਤਾ। ਆਪਦੇ ਮੰਗਲਵਾਰ ਕੀਰਤਨ ਕਰਨ ਲੱਗ ਪਿਆ, ਰਾਮਾ ਉਹਨਾਂ ਦਾ ਉਹ ਹਨੂੰਮਾਨ ਬਣਨ ਲੱਗ ਪਿਆ, ਉਹਦੇ ਨਾਂ 'ਤੇ ਰਾਮਾ ਮੰਦਿਰ ਪੱਗ ਗਿਆ। ਉਹ ਤੋਂ ਬਾਅਦ ਉਹਨਾਂ ਦਾ ਚਾਰਿਆਂ ਦਾ ਕੋਈ ਪਤਾ ਨਹੀਂ ਕਿੱਥੇ ਗਏ, ਪਾਗਲ ਹੋ ਗਏ ਚਾਰੇ ਹੀ, ਵਿੱਚ ਮੁੰਡਾ ਕੁੜੀ, ਵਿੱਚ ਆਪ ਤੀਵੀਂ ਆਦਮੀ, ਦੋਵੇਂ ਪਾਗਲ ਹੋ ਗਏ ਜੀ। ਬਾਬੂ ਰੋਸ਼ਨ ਲਾਲ 16 ਸਾਲ ਫੌੜੀਆਂ 'ਤੇ ਤੁਰਦਾ ਰਿਹਾ, ਸੱਟ ਲੱਗ ਗਈ ਉਹਨਾਂ ਦੇ, ਅਤੇ ਬਾਬੇ ਬਹੁਤ ਕਰਨੀ ਵਾਲੇ, ਬਹੁਤ ਪਹੁੰਚੀ ਦੀ ਹਸਤੀ ਹੈ ਇਸ ਵੇਲੇ। ਇਹਦਾ ਹੈਗਾ ਜੀ ਲਿੰਕ ਚੌੜੇ ਵਾਲੇ ਨਾਲ ਸੀ, ਅਤੇ ਬੜਾ ਰੋਜ਼ੇ ਵਾਲੇ ਅਤੇ ਬੀਰੋਪੁਰ ਵਾਲੇ ਤਿੰਨੇ ਇਕੱਠੇ ਰਹਿੰਦੇ ਸੀਗੇ, ਬਾਬਾ ਹਜ਼ਰਤ ਸ਼ਾਹ ਚੰਦ ਬੜੇ ਰੋਜ਼ੇ ਵਾਲੇ ਅਤੇ ਬੀਰੋਪੁਰ ਵਾਲੇ। 21 ਜੂਨ ਨੂੰ ਮੇਲਾ ਲੱਗਦਾ ਜੀ, ਕੁਆਲੀਆਂ ਹੁੰਦੀਆਂ, ਝੰਡਾ ਨਿਸ਼ਾਨ ਸਾਹਿਬ ਚੜ੍ਹਦਾ ਆ, ਰਾਤ ਨੂੰ ਰੋਟੀ ਹੁੰਦੀ ਆ, ਬੜਾ ਭਾਰਾ ਪ੍ਰੋਗਰਾਮ ਕਰੀਦਾ। ਦਸੰਬਰ ਦੇ ਪਹਿਲੇ ਹਫ਼ਤੇ ਲੰਗਰ ਲੱਗਦਾ ਬਹੁਤ ਭਾਰਾ, ਸ਼ਿਵਰਾਤਰੀ ਦਾ ਲੰਗਰ ਲਾਈਦਾ ਜੀ, ਹੈਂਜੀ ਕੁਆਲੀਆਂ ਦੇ ਵੀ ਰਾਤ ਨੂੰ ਲੰਗਰ ਹੁੰਦਾ ਜੀ। ਇੱਥੇ ਬਾਬਿਆਂ ਦੀ ਕੋਈ ਕਮੀ ਨਹੀਂ ਹੈ ਜੀ, ਇਸ ਵੇਲੇ ਬਹੁਤ ਲੋਕ ਉਹਨਾਂ ਦੀ ਮਿਹਰ ਆ, ਸਾਰੀ ਸੰਗਤ 'ਤੇ ਮੇਲ ਆ, ਬਹੁਤ ਵੀਰਵਾਰ ਮੇਲਾ ਲੱਗਦਾ ਇੱਥੇ, ਕੋਈ ਇਸ ਵੇਲੇ ਕਮੀ ਨਹੀਂ, ਤੁਸੀਂ ਸ਼ਾਮ ਨੂੰ 6:30-7 ਵਜੇ ਆ ਕੇ ਦੇਖ ਲਿਓ, ਉੱਥੇ ਬੋੜਾ ਮੇਲਾ ਹੋਣਾ। ਸੁਰੰਗ ਸੀਗੀ ਜੀ ਪਹਿਲਾਂ, ਉੱਥੋਂ ਬਣ ਗਿਆ ਹਾਲ, ਬਾਬੇ ਜਿੱਥੇ ਥੱਲੇ ਅੰਦਰ ਸੰਦੂਕ ਲਟਕਦਾ ਉੱਥੇ ਤਾਂ ਸੁਰੰਗ ਜਾਂਦੀ ਸੀ, ਹੁਣ ਹੈ ਨਹੀਂ, ਇਸ ਵੇਲੇ ਥੱਲੇ ਦੁਕਾਨਾਂ ਬਣ ਗਈਆਂ, ਉਹਨਾਂ ਨੇ ਕਬਜ਼ਾ ਕਰ ਲਿਆ, ਸੁਰੰਗ ਹੈ ਨਹੀਂ, ਇਹ ਆ ਸੰਦੂਕ ਲਟਕਦਾ ਜ਼ਰੂਰ, ਛੱਤੀਆਂ ਸਰਕਾਰਾਂ ਦਾ ਸੰਦੂਕ ਲਟਕਦਾ। ਖੂਹ ਇੱਥੇ ਪੂਰ ਦਿੱਤਾ ਜੀ ਇਹਨਾਂ ਨੇ, ਮੰਦਰ ਦੀ ਢਾਕੀ ਦਾ ਖੂਹ ਵੀ ਪੂਰ ਦਿੱਤਾ। ਫਿਰ ਜਿਹੜਾ ਦਰਸ਼ਨ ਕੀਤੇ ਉਹ ਤਾਂ ਮੇਰਾ ਭਤੀਜਾ ਗਿਆ ਗੁਜ਼ਰ, ਉਹਨਾਂ ਨੂੰ ਸੱਪ ਬਣ ਕੇ ਨਾ ਮੇਰੀ ਭੂਆ ਸੱਦਣਾ ਜੀ ਕੋਠੇ ਉੱਪਰ ਖੁੱਲ੍ਹਾ ਹੀ ਦਾ, ਅਤੇ ਉਹਦੇ ਥੱਲੇ ਬਹੁਤ ਬੜੇ ਨਾਗ ਬਣ ਕੇ ਬੈਠੇ ਤੇ
ਮਤਲਬ ਥੱਲੇ ਨਹੀਂ ਉਤਰਿਆ ਆਪਣੀ ਭੂਆ ਨੂੰ ਕਹਿੰਦਾ ਨਾਗ ਬੈਠਾ ਬਹੁਤ ਭਾਲਾ ਉਹ ਜਿਹੜੇ ਭੂਆ ਸਾਡੀ ਆਈ ਤਾਂ ਹੈ ਨਹੀਂ ਹੈਂਜੀ ਬਾਕੀ ਹੋਰ ਕਈਆਂ ਨੂੰ ਦਰਸ਼ਨ ਦਿੱਤੇ ਆ ਨਾ ਕੋਈ ਉਹਦੇ ਚਿਹਰਾ ਜੀਦਾ ਕੋਈ ਇਹ ਜੀਦਾ ਨਹੀਂ ਹੈ ਇੱਕ ਚਿਹਰਾ ਦਿੱਤਾ ਇੱਥੇ ਚੁੰਨੀਆਂ ਵਾਲਾ ਕਹਿਣਾ ਉਹਦਾ ਸ਼ਿਵਾ ਚੁੰਨੀਆਂ ਵਾਲੇ ਨੂੰ ਉਹਨੂੰ ਦਰਸ਼ਨ ਦਿੱਤਾ ਉਹ ਸਾਹਮਣੇ ਉੱਥੇ ਰਹਿੰਦਾ ਸਾ ਕਿਰਾਏ 'ਤੇ ਉਹਦੇ ਕੁੜੀਆਂ ਦਾ ਕੇਸ ਹੋ ਗਿਆ ਜਨਾਨੀ ਦਾ ਉਹਨੂੰ ਆ ਕੇ ਹਾਕ ਮਾਰੀ ਸ਼ਿਵਾ ਦੁਕਾਨੀ ਉਹਨੇ ਕਹਿੰਦਾ ਜਾ ਦੁਕਾਨ ਖੋਲ ਦੇਖਿਆ ਇੱਥੇ